ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਵੀਰ ਜੀ, ਅੱਜ ਦੀ ਇਸ ਵੀਡੀਓ 'ਚ ਗੱਲ ਕਰਨ ਵਾਲੇ ਬਾਈ ਜੀ ਅਸੀਂ ਕੁਵੈਤ ਦੇ ਬਾਰੇ ਵਿੱਚ। ਸੋ ਮੇਰੀ ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਉਹ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਵੀਰ ਜੀ, ਕੁਵੈਤ ਇੱਕ ਛੋਟਾ ਜਿਹਾ ਕੰਟਰੀ ਆ, ਇਹ ਗਲਫ ਦੇ ਵਿੱਚ ਬਾਈ ਜੀ ਪੈਂਦਾ ਵਾ, ਏਸ਼ੀਆ ਦੇ ਵਿੱਚ ਹੀ। ਅਤੇ ਬਾਈ ਜੀ ਇੱਥੇ ਦੀ ਜਿਹੜੀ ਆ ਕੈਪੀਟਲ ਆ ਉਹ ਕੁਵੈਤ ਸਿਟੀ ਆ ਬਾਈ ਜੀ, ਅਤੇ ਇੱਥੋਂ ਦੀ ਜਿਹੜੀ ਕਰੰਸੀ ਆ ਬਾਈ ਉਹ ਕੁਵੈਤੀ ਦਿਨਾਰ ਆ, ਅਤੇ ਇੱਥੋਂ ਦੀ ਬਾਈ ਜੀ ਜਿਹੜੀ ਪਾਪੂਲੇਸ਼ਨ ਆ ਉਹ ਕੋਈ 44 ਲੱਖ ਆ, 4.4 ਮਿਲੀਅਨ। ਅਤੇ ਇਹਨਾਂ ਦੀ ਜਿਹੜੀ ਇੱਥੋਂ ਦੀ ਆਪਣੀ ਪਾਪੂਲੇਸ਼ਨ ਇਹਨਾਂ ਦੀ 2 ਲੱਖ ਆ, ਅਤੇ ਬਾਕੀ ਜਿਹੜੇ ਬਾਈ ਜੀ 35-36 ਲੱਖ ਜਿਹੜੇ ਆ ਉਹ ਬਾਹਰ ਦੇ ਬਾਈ ਜੀ ਜਿਹੜੇ ਬਾਹਰੋਂ ਕੰਮ ਕਰਨ ਵਾਲੇ ਇੱਥੇ ਆਏ ਆ, ਉਹਨਾਂ ਦੀ ਬਾਈ ਜੀ ਉਹ ਪਾਪੂਲੇਸ਼ਨ ਆ ਅਰਾਊਂਡ, ਮਤਲਬ ਟੋਟਲ ਬਾਈ ਜੀ ਇੱਥੇ 44 ਲੱਖ ਜਿਹੜੀ ਪਾਪੂਲੇਸ਼ਨ ਆ। ਸੋ ਬਾਈ ਜੀ ਜਿਹੜੇ ਇਹਦੇ ਬਾਰਡਰ ਆ ਬਾਈ ਇਹ ਸ਼ੇਅਰ ਕਰਦਾ ਵਾ ਇਰਾਕ ਨਾਲ, ਅਤੇ ਬਾਈ ਜੀ ਇੱਥੇ ਸਾਊਦੀ ਅਰਬ ਨਾਲ। ਅਤੇ ਇੱਥੇ ਬਾਈ ਜੀ ਜਿਹੜੇ ਸਟਿਲ ਕੰਮ ਆ ਬਾਈ ਜੀ, ਕੰਮ ਇੱਥੇ ਜ਼ਿਆਦਾਤਰ ਬਾਈ ਜੀ ਇੱਥੇ ਓਇਲ ਹੀ ਐਕਸਪੋਰਟ ਕਰਦੀ ਹੈ ਕੰਟਰੀ ਇਹ। 95% ਬਾਈ ਜੀ ਇਹਨਾਂ ਦਾ ਜਿਹੜਾ ਰੈਵਨਿਊ ਆ ਉਹ ਬਾਈ ਜੀ ਇੱਥੋਂ ਓਇਲ ਤੋਂ ਹੀ ਜਿਹੜਾ ਆਉਂਦਾ ਵਾ। ਬਾਕੀ ਵੀਰ ਜੀ ਇੱਥੇ ਕੋਈ ਏਡੇ ਵੱਡੇ ਪ੍ਰੋਜੈਕਟ ਜਿਹੜੇ ਨਹੀਂ ਆ ਕੁਵੈਤ ਵਿੱਚ, ਤੁਹਾਨੂੰ ਪਤਾ ਨਾ ਬਹੁਤ ਛੋਟੀ ਜਿਹੀ ਕੰਟਰੀ ਆ ਬਾਈ ਜੀ। ਇਹਦਾ ਜਿਹੜਾ ਖੇਤਰਫਲ ਆ ਇਹ ਤੁਸੀਂ ਲਾ ਸਕਦੇ ਹੋ ਬਾਈ ਆਪਣੇ ਇੰਡੀਆ ਦੀ ਜਿਹੜੀ ਕੈਪੀਟਲ ਦਿੱਲੀ ਹੈ ਨਾ ਬਾਈ, ਉਡਾ ਕੀ ਹੈ ਮਤਲਬ ਉਹਨਾਂ ਕੀ ਬਾਈ ਇਹ ਕੁਵੈਤ ਆ, ਮਤਲਬ ਵੀ ਬਹੁਤ ਛੋਟੀ ਕੰਟਰੀ ਹੈ। ਆਪਣੇ ਪੰਜਾਬ ਦੇ 2 ਜ਼ਿਲ੍ਹਿਆਂ ਨੂੰ ਮਿਲਾ ਜਾਈਏ ਤਾਂ ਬਾਈ ਇਹ ਕੰਟਰੀ ਬਣ ਜਾਂਦੀ ਹੈ। ਬਟ ਬਾਈ ਜੀ ਜਿਹੜੀ ਇੱਥੋਂ ਦੀ ਜਿਹੜੀ ਕਰੰਸੀ ਆ ਕੁਵੈਤੀ ਨਾਲ ਉਹ ਬਾਈ ਜੀ ਤੁਹਾਨੂੰ ਪਤਾ ਨਾ ਸਭ ਤੋਂ ਵੈਲੂਏਬਲ ਕਰੰਸੀ ਹੈ ਬਾਈ ਜੀ, ਸਭ ਤੋਂ ਮਹਿੰਗੀ ਕਰੰਸੀ ਜਿਹੜੀ ਆ ਉਹ ਕੁਵੈਤੀ ਦਿਨਾਰ ਆ। ਇਹਦਾ ਬਾਈ ਜੀ ਅੱਜ ਦਾ ਜਿਹੜਾ ਰੇਟ ਆ ਇੰਡੀਆ ਦਾ ਬਾਈ ਉਹ 232 ਰੁਪਏ ਆ, ਇੱਕ ਕੁਵੈਤੀ ਦਿਨਾਰ ਬਾਈ ਜੀ 232 ਰੁਪਏ ਜਿਹੜੇ ਇੰਡੀਆ ਦੇ ਉਹ ਉਹਨਾਂ ਦੇ ਬਰਾਬਰ ਆ। ਸੋ ਵੀਰ ਜੀ ਇੱਥੇ ਜਿਹੜੇ ਕੰਮ ਆ ਬਾਈ ਸਟਿਲ ਬਾਈ ਹੁਣ ਇੱਥੇ ਥੋੜ੍ਹਾ ਜਿਹਾ ਕੰਮ ਘੱਟ ਆ, ਕਿਉਂਕਿ ਬਾਈ ਇੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਵਾ, 44 ਲੱਖ ਤੋਂ ਉੱਪਰ ਜਿਹੜੀ ਪਾਪੂਲੇਸ਼ਨ ਇੱਥੇ ਹੋ ਗਈ ਆ, ਅਤੇ ਜਿਹੜੀ ਕੁਵੈਤੀਆਂ ਦੀ ਆਪਣੀ ਪਾਪੂਲੇਸ਼ਨ ਆ ਬਾਈ ਉਹ ਸਾਰੀ 12 ਲੱਖ ਆ, 12 ਲੱਖ ਦੇ ਅਰਾਊਂਡ ਆ। ਅਤੇ ਬਾਕੀ ਇਹ ਤੁਸੀਂ ਆਪੇ ਵੇਖ ਲਓ ਬਾਈ ਜੀ ਵੀ ਇਹਨਾਂ ਤੋਂ 3 ਗੁਣਾ ਜ਼ਿਆਦਾ ਬਾਈ ਜੀ ਜਿਹੜੇ ਇੱਥੇ ਵਿਦੇਸ਼ੀ ਜਿਹੜੇ ਕੰਮ ਕਹਿ ਦਿੰਦੇ ਆ ਬਾਹਰੋਂ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੀ ਜਨਸੰਖਿਆ ਹੋ ਗਈ ਆ। ਇਸ ਕਰਕੇ ਬਾਈ ਜੀ ਇੱਥੇ ਥੋੜ੍ਹਾ ਕੰਮ ਹੁਣ ਥੋੜ੍ਹਾ ਡਾਊਨ ਆ, ਅਤੇ ਇੱਥੇ ਅਸਰਤਾਈ ਕਰੀ ਜਾਂਦੇ ਆ ਹੌਲੀ ਹੌਲੀ, ਮਤਲਬ ਬਾਹਰੋਂ ਬਹੁਤ ਲੋਕ ਆਣ ਕੇ ਇੱਥੇ ਜਿਹੜਾ ਕੰਮ ਕਰਦੇ ਆ। ਇਸ ਕਰਕੇ ਬਈ ਹੁਣ ਥੋੜ੍ਹਾ ਇੱਥੇ ਸਖਤਾਈ ਹੋਣ ਲੱਗ ਗਈ ਆ। ਹੁਣ ਇਹਨਾਂ ਨੇ ਕੁਝ ਕੰਟਰੀਆਂ ਨੂੰ ਤੁਹਾਨੂੰ ਪਹਿਲਾਂ ਪਤਾ, ਮੈਂ ਇੱਕ ਵੀਡੀਓ ਦੇ ਵਿੱਚ ਬਣਾ ਕੇ ਦੱਸਿਆ ਵੀ ਇਹਨਾਂ ਨੇ ਬਹੁਤ ਕੰਟਰੀਆਂ ਦੇ ਜਿਹੜੇ ਆ ਉਹ ਵੀਜ਼ੇ ਬੰਦ ਕੀਤੇ ਆ, ਉਹਨਾਂ ਨੂੰ ਐਂਟਰੀ ਵੀਜ਼ੇ ਹੁਣ ਉਹ ਨਹੀਂ ਦਿੰਦੇ। ਉੱਦਾਂ ਵੀ ਬਾਈ ਜੀ ਇੱਥੇ ਜਿਹੜੀ ਆ ਸਖਤਾਈ ਕਰੀ ਜਾਂਦੇ ਆ ਲਾਇਸੈਂਸ ਦੇ ਬਾਰੇ ਵਿੱਚ, ਵੀਜ਼ੇ ਦੇ ਬਾਰੇ 'ਚ। ਵੀਜ਼ਾ ਬਹੁਤ ਕੋਸਟਲੀ ਕਰਤਾ ਇਹਨਾਂ ਅਰਾਊਂਡ ਇੰਡੀਆ ਦਾ ਬਾਈ ਜੀ 3.5 ਤੋਂ 4 ਲੱਖ ਦੇ ਵਿੱਚ ਹੁਣ ਬਈ ਵੀਜ਼ਾ ਮਿਲ ਰਿਹਾ ਵਰਕ ਪਰਮਿਟ। ਸੋ ਵੀਰ ਜੀ ਇੱਥੋਂ ਅੱਜ ਦੀ ਇਸ ਵੀਡੀਓ ਬਣਾਉਣ ਦਾ ਬਈ ਇਹੋ ਬੇਸਿਕਲੀ ਦੱਸਣਾ ਹੈ ਕੁਵੈਤ ਦੇ ਬਾਰੇ ਵਿੱਚ ਵੀ ਇੱਥੇ ਕੁਵੈਤ ਦੇ ਜਿਹੜੇ ਸਟਿਲ ਆ ਕੀ ਹਾਲਾਤ ਆ, ਇਹ ਕੀ ਇਹਦੀ ਕੈਪੀਟਲ ਆ, ਇੱਥੇ ਬਈ ਜੀ ਕਿਹੜੀ ਇਹਦੀ ਲੈਂਗੁਏਜ ਆ। ਲੈਂਗੁਏਜ ਬਈ ਜੀ ਇਹਨਾਂ ਦੀ ਜਿਹੜੀ ਆ ਅਰਬਿਕ ਆ, ਅਰਬੀ ਬੋਲਦੇ ਆ ਬਈ ਜੀ ਇੱਥੇ, ਇਹਨਾਂ ਦੀ ਆਪਣੀ ਲੈਂਗੁਏਜ ਆ। ਅਤੇ ਇੱਕ ਇਸਲਾਮਿਕ ਕੰਟਰੀ ਆ ਬਈ ਇਹ, ਬਾਕੀ ਬਹੁਤ ਵਧੀਆ ਕੰਟਰੀ ਆ ਬਈ, ਇੱਕ ਛੋਟੀ ਜਿਹੀ ਕੰਟਰੀ ਆ ਅਤੇ ਬਹੁਤ ਵਧੀਆ ਰਿਚ ਕੰਟਰੀ ਆਪਾਂ ਇਹਨੂੰ ਕਹਿ ਸਕਦੇ ਹਾਂ। ਅਤੇ ਸਟਿਲ ਜਿਹੜੇ ਕੰਮ ਦੇ ਹਾਲਾਤ ਆ ਬਾਈ ਜੀ ਉਹ ਜ਼ਿਆਦਾਤਰ ਇੱਥੇ ਫੂਡ ਚਾਈਨਾ ਵਾ ਉਹਨਾਂ ਦਾ ਕੰਮ ਆ, ਬਾਕੀ ਟਰਾਂਸਪੋਰਟਾਂ ਬਾਈ ਜੀ ਇੱਥੇ ਬਹੁਤ ਘੱਟ ਆ ਕਿਉਂਕਿ ਇਹਨਾਂ ਦਾ ਆਪਣਾ ਪੋਰਟ ਹੈ ਨਹੀਂ ਆ। ਅਤੇ ਇਸ ਕਰਕੇ ਬਾਈ ਜੀ ਇੱਥੇ ਜਿੰਨਾ ਵੀ ਆ ਐਕਸਪੋਰਟ ਜਿਹੜਾ ਵਾ ਉਹ ਬਾਹਰੋਂ ਹੀ ਆਉਂਦਾ ਵਾ, ਸਾਰਾ ਸਮਾਨ ਸਾਊਦੀ ਤੋਂ ਦੁਬਈ ਤੋਂ ਉਹ ਸਾਰਾ ਬਾਈ ਜੀ ਇੱਥੇ ਜਿਹੜਾ ਹੁੰਦਾ ਵਾ ਐਕਸਪੋਰਟ ਹੁੰਦਾ ਵਾ। ਇੱਥੇ ਜੇ ਬਾਈ ਜੀ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਓਨਲੀ ਬਸ ਓਇਲ ਆ ਬਾਈ, ਓਇਲ 'ਤੇ ਬਸ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ 95% ਇਹਦਾ ਰੈਵਨਿਊ ਆ ਉਹ ਓਇਲ ਤੋਂ ਜਨਰੇਟ ਹੁੰਦਾ ਵਾ। ਬਾਕੀ ਬਾਈ ਜੀ ਇੱਥੇ ਦੇ ਜਿਹੜੇ ਆ ਲਾਈਫ ਸਟਾਈਲ ਆ, ਲਿਵਿੰਗ ਸਟੈਂਡਰਡ ਆ ਉਹ ਬਾਈ ਜੀ ਥੋੜ੍ਹਾ ਮਹਿੰਗਾ ਵਾ, ਕਿਉਂਕਿ ਬਾਈ ਜੀ ਇੱਥੇ ਆਪਣੀ ਇਹਨਾਂ ਦੀ ਪ੍ਰੋਡਕਸ਼ਨ ਇੰਨੀ ਆ, ਖੇਤੀ ਇੰਨੀ ਆ, ਪਾਣੀ ਬਈ ਇਹ ਬਾਹਰੋਂ ਲੈਂਦੇ ਆ, ਇਸ ਕਰਕੇ ਬਾਈ ਜੀ ਇੱਥੇ ਮਹਿੰਗਾਈ ਥੋੜ੍ਹਾ ਜ਼ਿਆਦਾ ਵਾ ਆਪਣੇ ਇੰਡੀਆ ਨਾਲੋਂ। ਅਤੇ ਵਰਕ ਕੰਡੀਸ਼ਨ ਬਾਈ ਜੀ ਇੱਥੇ ਠੀਕ ਆ, ਕੰਮ ਕਰਨ ਵਾਸਤੇ ਬਾਈ ਜੀ ਸਾਰੇ ਧਰਮਾਂ ਦਾ ਉਹ ਸਤਿਕਾਰ ਕਰਦੇ ਆ। ਅਤੇ ਬਾਕੀ ਬਈ ਜੀ ਕੰਮ ਇੱਥੇ ਲੱਭਿਆ ਮਿਲ ਜਾਂਦਾ ਵਾ, ਥੋੜ੍ਹੀ ਪਾਪੂਲੇਸ਼ਨ ਜ਼ਿਆਦਾ ਹੋਣ ਦੇ ਕਰਕੇ ਬਈ ਜੀ ਹੁਣ ਕੰਮ ਥੋੜ੍ਹਾ ਘਟਿਆ ਵਾ, ਬਟ ਹਾਲਾਤ ਹਜੇ ਬਈ ਜੀ ਵਧੀਆ ਵਾ। ਸੋ ਵੀਰ ਜੀ ਅੱਜ ਦੀ ਵੀਡੀਓ ਬਣਾਉਣ ਦਾ ਮਤਲਬ ਬਸ ਸੋ ਵੀਰ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਦਾ ਮੇਨ ਮਕਸਦ ਬਾਈ ਜੀ ਇਹੀ ਗਾ ਵੀ ਕੁਵੈਤ ਦੇ ਬਾਰੇ 'ਚ ਬੇਸਿਕ ਜਾਣਕਾਰੀ ਦੇਣਾ। ਸੋ ਅੱਜ ਦੀ ਵੀਰ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਪਣੇ ਚੈਨਲ ਨੂੰ ਬਾਈ ਜੀ ਕਰ ਲਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।